हाँ जी लखा सदाना जी, तुसी जिवें आम ही सिख धरनिया ते पहुंचते रहिंदे हो, जिथे भी रोस मार्च हुंदा, अज भी रोस मार्च जिवें बरगाड़ी तो बादल पिंड तक कढ़िया जा रहा, इस दा की संबंध की रहूगा जिहड़ा बादल परिवार नाल? देखो इह जिहड़ा मार्च अज इह पंजाब ते पंथ दे दोखियां दे खिलाफ है, उह कल्ला बादल नहीं, उह कैप्टन भी उड़ा ही वड्डा दोषी है, दोनों जिम्मेवार है। जे बादल ने बेअदबियां कीतियां कराइयां, ਬਾਦਲ ਨੇ ਨੌਜਵਾਨਾਂ ਨੂੰ ਸ਼ਹੀਦ ਕਰਾਇਆ ਬਹਿਬਲ ਕਲਾਂ ਦੇ ਵਿੱਚ, ਜਾਂ ਬਾਦਲ ਨੇ ਚਿੱਟਿਆਂ ਰਾਹੀਂ ਪੰਜਾਬ ਦੀ ਜ਼ਬਾਨੀ ਦਾ ਘਾਣ ਕੀਤਾ, ਜਾਂ ਬਾਦਲ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਖਾਤਰ ਕਦੇ ਵੀ ਸੈਂਟਰ ਦੇ ਕੋਲ ਜਾ ਕੇ ਬੋਲਿਆ ਨਹੀਂ, ਹਮੇਸ਼ਾ ਆਪਦੀ ਕੁਰਸੀ ਪਿਆਰੀ ਰਹੀ ਹੈ, ਇਹਨੂੰ ਚੁਪਾਉਂਦਾ ਰਿਹਾ, ਤਾਂ ਉੱਡਾ ਵੱਡਾ ਕੈਪਟਨ ਦੋਸ਼ੀ ਹੈ। ਅੱਜ ਕੈਪਟਨ ਨੇ ਬਰਗਾੜੀ ਮੋਰਚੇ ਨੂੰ ਵੱਡੇ ਵੱਡੇ ਵਾਅਦੇ ਕਰਕੇ ਚੁਕਾਇਆ ਕਿ ਮੈਂ ਬੇਅਦਬੀ ਦੇ ਦੋਸ਼ੀ, ਮੈਂ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀ, ਛੇਤੀ ਮੈਂ ਕਟਹਿਰੇ 'ਚ ਖੜੇ ਕਰ ਦੂੰਗਾ। ਕਿੱਥੇ ਗਈਆਂ ਉਹ ਗੱਲਾਂ? ਅੱਜ ਓਡਾ ਵੱਡਾ ਕੈਪਟਨ ਵੀ ਦੋਸ਼ੀ ਆ, ਜਿੱਡਾ ਵੱਡਾ ਬਾਦਲ ਦੋਸ਼ੀ ਹੈ। ਅਸਲ ਰਲੇ ਵੇ ਨੇ, ਆਪਾਂ ਬਠਿੰਡੇ 'ਚ ਮਾਰਚ ਕੱਢ ਰਹੇ ਇਹਨਾਂ ਦੇ ਖਿਲਾਫ, ਬਠਿੰਡਾ ਸ਼ੀਟ, ਪਟਿਆਲਾ ਜਿੱਥੋਂ ਕੈਪਟਨ ਦੇ ਘਰ ਵਾਲੀ ਖੜੀ ਹੋਈ ਹੈ, ਫਿਰੋਜ਼ਪੁਰ ਜਿੱਥੋਂ ਖੜਾ ਹੋਇਆ ਸੁਖਬੀਰ ਬਾਦਲ, ਇਹ ਜਿਹੜੀਆਂ ਸ਼ੀਟਾਂ ਨੇ ਸਮਝੌਤੇ 'ਚ ਨੇ, ਇੱਕ ਦੂਜੇ ਨੂੰ ਇਹਨਾਂ ਨੇ ਵੋਟਾਂ ਪਾ ਕੇ ਆਪਣੀਆਂ ਜਿਤਾਉਣਾ ਹੈ। ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ, ਸਾਡਾ ਇਹ ਮਾਰਚ ਕਿਸੇ ਇੱਕ ਦੇ ਖਿਲਾਫ਼ ਨਹੀਂ, ਦੋਨੇ ਹੀ ਇਹ ਪੰਜਾਬ ਦੋਖੀ ਨੇ, ਪੰਥ ਦੋਖੀ ਨੇ, ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਬਾਦਲ ਹੋਵੇ, ਜਿਵੇਂ ਬਾਦਲਾਂ ਦੇ ਖਿਲਾਫ਼ ਲੱਗ ਰਹੇ ਨੇ, ਤੇ ਇਹਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਕਾਂਗਰਸ ਨੂੰ ਨਾ ਹੋਵੇਗਾ? ਅਸੀਂ ਕਦੋਂ ਕਹਿ ਰਹੇ ਹਾਂ ਵੀ ਕਾਂਗਰਸ ਨੂੰ ਵੋਟਾਂ ਪਾਓ? ਅਸੀਂ ਤਾਂ ਕਿਹਾ ਨਹੀਂ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹ ਦੋਨੇ ਬਰਾਬਰ ਦੇ ਦੋਸ਼ੀ ਨੇ, ਦੋਨੇ ਬਰਾਬਰ ਦੇ ਦੋਸ਼ੀ ਨੇ। ਅਸੀਂ ਕਹਿੰਦੇ ਹਾਂ ਵੋਟਾਂ ਵਾਲਾ ਵਰਤ ਕਿਸੇ ਨੂੰ ਕਹਿ ਨਹੀਂ ਰਿਹਾ ਵੀ ਇਹਨੂੰ ਪਾਓ ਉਹਨੂੰ ਪਾਓ, ਸਾਡਾ ਮਕਸਦ ਤਾਂ ਇਹ ਹੈ ਵੀ ਜੇ ਤੁਹਾਨੂੰ ਕੋਈ ਵੀ ਪਸੰਦ ਨਹੀਂ, ਨੋਟਾਂ ਦੱਬ ਦਿਓ ਯਾਰ, ਨਾ ਪਾਓ ਕਿਸੇ ਨੂੰ। ਇਸ ਵਾਰ ਨੌਜਵਾਨਾਂ 'ਚ ਰੋਸ ਹੈਗਾ ਕਿ ਬਹੁਤੇ ਨੌਜਵਾਨ ਨੋਟਾਂ ਵੀ ਦੱਬਣਗੇ, ਤੁਸੀਂ ਯਾਦ ਰੱਖਿਓ। ਜਿਵੇਂ ਨੋਟਾਂ ਦੀ ਤੁਸੀਂ ਗੱਲ ਕੀਤੀ, ਨੋਟਾਂ ਲੋਕੀ ਦੱਬ ਦੇਣਗੇ ਪਰ ਉਹਦਾ ਫਾਇਦਾ ਵੀ ਕਿਤੇ ਨਾ ਕਿਤੇ ਨਹੀਂ ਨਿਕਲਦਾ। ਰੋਸ ਜ਼ਾਹਰ ਕਰਨ ਦਾ ਤਰੀਕਾ ਕੀ ਹੋ ਸਕਦਾ? ਡੈਮੋਕਰੈਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਆਪਾਂ ਵੋਟਾਂ ਰਾਹੀਂ ਰੋਸ ਜ਼ਾਹਰ ਕਰ ਰਹੇ, ਜਦੋਂ ਗੱਲ ਕਰ ਰਹੇ ਹਾਂ ਤਾਂ ਉਹਦਾ ਇੱਕੋ ਇੱਕ ਆ ਵੀ ਆਪਾਂ ਡਾਂਸ ਸੋਟਾ ਚੱਕ ਕੇ ਲੜਨ ਆਉਣੇ ਰਹੇ, ਆਪਾਂ ਇੱਕੋ ਹੀ ਹੱਲ ਹੈ ਵੀ ਜੇ ਸਾਡੇ ਮਨਾਂ 'ਚ ਰੋਸ ਹੈ ਆਪਣੇ ਨਾਲ, ਬਾਦਲ ਨਾਲ ਵੀ, ਬਾਦਲ ਨੇ ਵੀ ਪੰਜਾਬ ਨਾਲ ਧਰੋ ਕਮਾਇਆ, ਕਾਂਗਰਸੀਆਂ ਨੇ ਵੀ ਪੰਜਾਬ ਨਾਲ ਧਰੋ ਕਮਾਇਆ, ਤੀਜੀ ਧਿਰ ਜਿਹੜੀ ਉੱਭਰ ਕੇ ਸਾਹਮਣੇ ਆਈ ਸੀ ਉਹ ਪਾੜ ਪੂੜ ਗਈ, ਆਪਸ ਵਿੱਚ ਖਿੰਡ ਪੁੱਟ ਗਈ, ਤਾਂ ਸਾਡੇ ਕੋਲ ਵਿਕਲਪ ਕੀ ਹੈ, ਰਾਹ ਕੀ ਆ ਸਰ? ਨੋਟਾ ਹੀ ਰਹਿ ਜਾਂਦਾ। ਜਿਵੇਂ ਕਿ ਬੀਬੀ ਖਾਲੜਾ ਖੜੇ ਹੋਏ ਉੱਥੋਂ ਖਡੂਰ ਸਾਹਿਬ ਤੋਂ, ਬੀਬੀ ਖਾਲੜਾ ਦੀ ਅਸੀਂ ਜਾ ਕੇ ਹਮਾਇਤ ਵੀ ਕਰਕੇ ਆਏ ਹਾਂ, ਲੋਕਾਂ ਨੂੰ ਉੱਥੇ ਅਪੀਲ ਵੀ ਕਰਕੇ ਆਏ ਹਾਂ ਖਡੂਰ ਸਾਹਿਬ ਹਲਕੇ ਦੇ ਨੂੰ, ਕਿ ਜਸਵੰਤ ਸਿੰਘ ਖਾਲੜੇ ਦੀ ਕੁਰਬਾਨੀ ਨੂੰ ਮੱਦੇਨਜ਼ਰ ਰੱਖ ਕੇ ਬੀਬੀ ਖਾਲੜਾ ਨੂੰ ਵੀ ਜਿਤਾਓ। ਫਤਿਹਗੜ੍ਹ ਸਾਹਿਬ ਦੇ ਵਿੱਚ ਮਨਵਿੰਦਰ ਗਿਆਸਪੁਰਾ ਜਿਹੜੇ ਨੇ ਹੋਣ 'ਚ ਲੜਕਾਂਡ ਕੱਢਿਆ ਉਹਨੂੰ ਵੀ ਜਿਤਾਓ। ਅਸੀਂ ਜਿਹੜਾ ਪਰਸਨਲੀ ਕਰ ਰਹੇ ਹਾਂ, ਇਹ ਨਹੀਂ ਹੈਗਾ ਵੀ ਅਸੀਂ ਸਾਰੇ ਥਾਈ ਇਹਨਾਂ ਦਾ ਵਿਰੋਧ ਕਰ ਰਹੇ ਹਾਂ, ਚੰਗੇ ਬੰਦੇ ਜੇ ਜਿਤਾ ਕੇ ਅਸੀਂ ਪੰਜਾਬ ਦੇ ਵਿੱਚੋਂ ਭੇਜਾਂਗੇ, ਪਾਰਲੀਮੈਂਟ ਦੇ ਵਿੱਚ ਸਾਡੇ ਬੰਦੇ ਜਾਣਗੇ, ਸਾਡੀਆਂ ਕੌਮ ਦੇ ਹੱਕਾਂ ਦੀ ਗੱਲ, ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਜਾ ਕੇ ਉਠਾਉਣਗੇ, ਉਹ ਬੰਦੇ ਜਿਤਾ ਕੇ ਭੇਜਣੇ ਚਾਹੀਦੇ ਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।